ਸਲੋਕ ਮਹਲਾ ਤੀਜਾ ਫਿਰ ਖੁਸ਼ੀਏ ਧਨ ਰਾਵੀਏ ਧਨ ਔਰ ਨਾਮ ਸ਼ਿੰਗਾਰੋ ਨਾਨਕ ਧਨ ਆਗੈ ਖੜੀ ਸੋਭਾਵੰਤੀ ਨਾਰੋ ਪੇਰ ਖੁਸ਼ੀਏ ਧਨ ਰਾਵੀਏ ਧਨ ਔਰ ਨਾਮ ਸਿੰਗਾਰੋ ਨਾਨਕ ਧਨ ਆਗੈ ਖੜੀ ਸੋਭਾਵੰਤੀ ਨਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ ਜੁਗੋ ਜੁਗ ਅਟਲ, ਗੁਰਤਾ ਗੱਦੀ ਦੇ ਪਾਵਨ ਤਖਤ ਉੱਪਰ ਸੁਭਾਈ ਮਾਨ ਸਾਹਿਬ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਜਿਨ੍ਹਾਂ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਸਜੇ ਦੀਵਾਨ ਅੰਦਰ ਆਪ ਸਭ ਸੰਗਤ ਹਾਜ਼ਰੀ ਭਰ ਰਹੇ ਹੋ। ਆਸਾ ਕੀ ਵਾਰ ਦਾ ਕੀਰਤਨ ਮਾਲਕ ਦੀ ਹਜ਼ੂਰੀ ਵਿੱਚ ਹੋਇਆ ਹੈ। ਉਪਰੰਤ ਸਮਾਂ ਹੈ ਲੜੀਵਾਰ ਬੋਲ ਜੋ ਆਪਾਂ ਰੋਜ਼ਾਨਾ ਹੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠ ਵਾਚਦੇ ਹਾਂ। ਇਹ ਪਾਵਨ ਬਚਨ ਮਾਰੂ ਕੀ ਵਾਰ ਦਾ 6 ਨੰਬਰ ਸਲੋਕ ਗੁਰੂ ਅਮਰਦਾਸ ਮਹਾਰਾਜ ਜੀ ਕਹਿ ਰਹੇ ਨੇ, ਪੇਰ ਖੁਸ਼ੀਏ ਧਨ ਰਾਵੀਏ ਧਨ ਔਰ ਨਾਮ ਸਿੰਗਾਰ। ਧਨ ਸ਼ਬਦ ਇਸ ਪੰਕਤੀ ਵਿੱਚ 2 ਵਾਰ ਆਇਆ ਹੈ। ਅੱਖਰ ਉਹੀ ਨੇ ਪਰ ਇਹ ਸ਼ਬਦ ਗੁਰਬਾਣੀ ਦੇ ਅੰਦਰ ਵੀ ਵਾਰ ਵਾਰ ਆਇਆ ਹੈ। ਹਰ ਇੱਕ ਜਗ੍ਹਾ ਉੱਪਰ ਧਨ ਦਾ ਅਰਥ ਇੱਕੋ ਜਿਹਾ ਨਹੀਂ ਆਇਆ। ਇੱਥੇ ਧਨ ਦਾ ਅਰਥ ਜੀਵ ਰੂਪ ਇਸਤਰੀ ਆਇਆ ਹੈ, ਗੁਰਬਾਣੀ ਦੇ ਅੰਦਰ ਧਨ ਦਾ ਅਰਥ ਮਾਇਆ ਵੀ ਆਇਆ ਹੈ। ਗੁਰਬਾਣੀ ਦੇ ਅੰਦਰ ਧਨ ਦਾ ਅਰਥ ਨਾਮ ਧਨ ਵੀ ਆਇਆ ਹੈ। ਗੁਰਬਾਣੀ ਦੇ ਅੰਦਰ ਧਨ ਦਾ ਅਰਥ ਧਨ ਧਨ ਭਾਵ ਵਾਹ ਵਾਹ ਵੀ ਆਇਆ ਹੈ। ਅੱਖਰ ਉਹੀ ਨੇ। ਇੱਕ ਥਾਂ 'ਤੇ ਸਤਿਗੁਰੂ ਸ਼ਬਦ ਵਰਤਦੇ ਨੇ ਕਿ ਧਨ ਪਿਰ ਕਾ ਇੱਕ ਹੀ ਸੰਗ ਵਾਸਾ ਵਿੱਚ ਹਉਮੈ ਭੀਤ ਕਰਾਰੀ। ਉੱਥੇ ਧਨ ਦਾ ਅਰਥ ਹੈ ਜੀਵ, ਕਿ ਸਾਡੇ ਵਿੱਚ ਅਤੇ ਪਰਮਾਤਮਾ ਵਿੱਚ ਕੋਈ ਬਹੁਤਾ ਫਰਕ ਨਹੀਂ, ਕੋਈ ਬਹੁਤੀ ਦੂਰੀ ਨਹੀਂ, ਪਰ ਜਿਹੜੀ ਹਉਮੈ ਦੀ ਕੰਧ ਹੈ ਨਾ, ਇਹਨੇ ਦੂਰੀ ਬਣਾਈ ਹੋਈ ਹੈ। ਧਨ ਪਿਰ ਕਾ ਇੱਕ ਹੀ ਸੰਗ ਵਾਸਾ ਵਿੱਚ ਹਉਮੈ ਭੀਤ ਕਰਾਰੀ। ਇੱਕ ਥਾਂ 'ਤੇ ਆਪਾਂ ਸ਼ਬਦ ਪੜ੍ਹਦੇ ਹਾਂ ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਉੱਥੇ ਧਨ ਦਾ ਅਰਥ ਬਦਲ ਜਾਵੇਗਾ। ਇੱਕ ਥਾਂ 'ਤੇ ਸ਼ਬਦ ਮਹਾਰਾਜ ਵਰਤਦੇ ਨੇ ਗਿਆਨੀਆਂ ਕਾ ਧਨ ਨਾਮ ਹੈ, ਜਾਂ ਮਹਾਰਾਜ ਦਾ ਬੋਲ ਹੈ ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ। ਇੱਥੇ ਸ਼ਬਦ 'ਤੇ ਧਨ ਆਇਆ ਪਰ ਧਨ ਦਾ ਅਰਥ ਉੱਥੇ ਨਾਮ ਧਨ ਹੈ। ਅਤੇ ਪ੍ਰਤੱਖ ਮਾਇਆ ਧਨ ਦੀ ਗੱਲ ਕਰਦਿਆਂ ਹੋਇਆਂ ਮਹਾਰਾਜ ਕਹਿੰਦੇ ਧਨ ਸਿਉਂ ਰੱਤਾ ਜੋਬਨ ਮੱਤਾ ਅਹਿਲਾ ਜਨਮ ਗਵਾਇਆ।
ਵੀ ਇਹਨਾਂ ਛੱਲਣਾ ਪਿੱਛੇ ਜੀਵਨ ਬਰਬਾਦ ਕਰ ਦਿੱਤਾ ਜੀ। ਹੁਣ ਵੇਖੋ ਸ਼ਬਦ ਇੱਕ ਹੈ, ਇਸ ਸ਼ਬਦ ਦਾ ਜਿਹੜਾ ਪ੍ਰਕਰਨ ਹੈ, ਜੋ ਸਬਜੈਕਟ ਹੈ, ਜੋ ਵਿਸ਼ਾ ਹੈ, ਉਸ ਮੁਤਾਬਕ ਧਨ ਦਾ ਅਰਥ ਜੀਵ ਰੂਪ ਇਸਤਰੀ ਹੈ ਅਤੇ ਪਿਰ ਦਾ ਅਰਥ ਪਤੀ ਪਰਮਾਤਮਾ ਹੈ। ਮਹਾਰਾਜ ਕਹਿੰਦੇ ਪਿਰ ਖੁਸ਼ੀਏ ਧਨ ਰਾਵੀਏ ਧਨ ਉਰ ਨਾਮ ਸ਼ਿੰਗਾਰ। ਜੇ ਪਤੀ ਪਰਮਾਤਮਾ ਖੁਸ਼ ਹੋਵੇ ਤੇ ਉਹ ਜੀਵ ਰੂਪੀ ਜੋ ਧਨ ਇਸਤਰੀ ਹੈ ਉਹਨੂੰ ਰਾਵੀਏ ਉਹਨੂੰ ਆਪਣੇ ਗਲ ਲਾਉਂਦਾ ਹੈ, ਉਹਨੂੰ ਮਾਣਦਾ ਹੈ, ਉਹਦੇ ਉੱਪਰ ਬਰਕਤ ਵਰਤਾਉਂਦਾ ਹੈ। ਪਰ ਬਰਕਤ ਵਰਤਦੀ ਕਿਵੇਂ ਹੈ? ਧਨ ਔਰ ਨਾਮ ਸ਼ਿੰਗਾਰ। ਜੇ ਉਸ ਜੀਵ ਰੂਪਰੀ ਇਸਤਰੀ ਨੇ ਆਪਣੇ ਜੀਵਨ ਦੇ ਵਿੱਚ ਨਾਮ ਦਾ ਸ਼ਿੰਗਾਰ ਕੀਤਾ ਹੈ, ਬੰਦਗੀ ਦਾ ਸ਼ਿੰਗਾਰ ਕੀਤਾ ਹੈ। ਮੈਂ ਕੱਲ੍ਹ ਵੀ ਸ਼ਿੰਗਾਰ ਦੇ ਵਿਸ਼ੇ 'ਤੇ ਆਖਿਆ ਸੀ ਕਿ ਬਾਹਰੀ ਤੌਰ 'ਤੇ ਸੁਹੱਪਣ ਨੂੰ ਅਪਣਾ ਲੈਣਾ ਸੌਖਾ ਵੀ ਹੈ, ਕਿਸੇ ਨੂੰ ਪ੍ਰਭਾਵਿਤ ਕਰ ਲੈਣਾ ਵੀ ਸੌਖਾ ਹੈ। ਅੰਦਰੂਨੀ ਤੌਰ 'ਤੇ ਜਿਨ੍ਹਾਂ ਦੇ ਜੀਵਨ ਵਿੱਚ ਨਾਮ ਦਾ ਸ਼ਿੰਗਾਰ ਆ ਗਿਆ ਉਹਨਾਂ ਦਾ ਸੁਹੱਪਣ ਜੁਗੋ ਜੁਗ ਅਟਲ ਹੋ ਗਿਆ। ਉਹ ਉਸ ਵਕਤ ਵੀ ਸੁੰਦਰ ਹੋਏ ਅਤੇ ਬਾਅਦ ਵਿੱਚ ਵੀ ਉਹਨਾਂ ਦਾ ਜਸ ਹੈ। ਕਹਿਣ ਲੱਗੇ ਧਨ ਔਰ ਨਾਮ ਸ਼ਿੰਗਾਰ, ਨਾਮ ਰੂਪੀ ਧਨ ਦੇ ਨਾਲ ਆਪਣੇ ਆਪ ਨੂੰ ਸਵਾਰ, ਇਹ ਸ਼ਿੰਗਾਰ ਕਰ ਪਿਰ ਖੁਸ਼ੀਏ, ਫਿਰ ਤੇਰੇ ਉੱਪਰ ਪਿਰ ਦੀ ਪਰਮਾਤਮਾ ਦੀ ਖੁਸ਼ੀ ਹੋਵੇਗੀ, ਧਨ ਰਾਵੀਏ। ਅਤੇ ਜਿਸ ਉੱਪਰ ਖੁਸ਼ੀ ਹੈ ਉਸਨੂੰ ਫਿਰ ਉਹ ਮਾਲਕ ਆਪਣੇ ਗਲ ਨਾਲ ਲਾਵੇਗਾ। ਨਾਨਕ ਧਨ ਆਗੈ ਖੜੀ ਸੋਭਾਵੰਤੀ ਨਾਰ। ਇਵੇਂ ਦੀ ਜਿਹੜੀ ਜੀਵ ਰੂਪ ਇਸਤਰੀ ਹੈ ਉਹ ਹਰ ਵਕਤ ਮਾਲਕ ਦੇ ਨੇੜੇ ਹੈ। ਅੱਗੇ ਦਾ ਅਰਥ ਹੁੰਦਾ ਹੈ ਨੇੜੇ, ਸਾਹਮਣੇ। ਸੋਭਾਵੰਤੀ ਨਾਰ, ਕਿਉਂਕਿ ਉਹਨੇ ਆਪਣੇ ਜੀਵਨ ਦੇ ਵਿੱਚ ਇਹ ਸਾਰੇ ਕਰਤੱਵ ਨੂੰ ਅਪਣਾ ਲਿਆ, ਉਸ ਸਦਕਾ ਉਹ ਮਾਲਕ ਦੇ ਨੇੜੇ ਹੋ ਗਈ ਹੈ। ਮਹੱਲਾ ਪਹਿਲਾ, ਸਸੁਰੈ ਪਈਐ ਕੰਤ ਕੀ, ਕੰਤ ਅਗੰਮ ਅਥਾਹ। ਹੇ ਮਾਲਕ, ਭਾਵੇਂ ਅਸੀਂ ਆਪਣੇ ਪੇਕੇ ਘਰ ਵਿੱਚ ਰਹਿੰਦੇ ਹਾਂ, ਕਿਉਂਕਿ ਬੱਚੀ ਦਾ ਜਦੋਂ ਤੱਕ ਨਾਤਾ ਨਹੀਂ ਹੁੰਦਾ, ਉਹ ਆਪਣੇ ਪੇਕੇ ਘਰ ਵਿੱਚ ਹੋਵੇ, ਉਹਦਾ ਵਿਆਹ ਨਹੀਂ ਹੋਇਆ, ਪਰ ਉਹਨੂੰ ਮੱਲ ਲਿਆ ਜਾਂਦਾ ਹੈ, ਉਹਨੂੰ ਰੋਕ ਲਿਆ ਜਾਂਦਾ ਹੈ ਕਿ ਬੱਚੀ ਦਾ ਮੰਗਣਾ ਫਲਾਨੇ ਘਰ ਹੋਇਆ, ਫਲਾਨੇ ਪਿੰਡ ਹੋਇਆ, ਫਲਾਨੇ ਪਰਿਵਾਰ ਨਾਲ ਹੋਇਆ। ਵਿਆਹ ਭਾਵੇਂ 2-4 ਸਾਲ ਬਾਅਦ ਹੋਵੇ, ਪਿੱਛੇ ਇਹ ਵੀ ਹੁੰਦਾ ਸੀ ਕਿ ਮੰਗਣਾ ਹੋਇਆ, ਵਿਆਹ ਹੋ ਗਿਆ, 10-10 ਸਾਲ ਬਾਅਦ ਵੀ ਮੁਕਲਾਵਾ ਆਉਂਦਾ ਰਿਹਾ। ਇਹ ਸਾਰੇ ਜਿਹੜੇ ਅਲੰਕਾਰ ਨੇ ਨਾ, ਜਿਹੜੇ ਸਾਡੇ ਰੀਤੀ ਰਿਵਾਜ਼ ਵੀ ਨੇ, ਇਹਨਾਂ ਨੂੰ ਵੀ ਮਹਾਰਾਜ ਨੇ ਗੁਰਬਾਣੀ ਵਿੱਚ ਥਾਂ ਦਿੱਤੀ ਹੈ। ਕਹਿੰਦੇ ਵੇਖੋ ਕਿੰਨਾ ਪਿਆਰਾ ਬੋਲ ਹੈ ਕਿ ਸਸੁਰੈ ਪਈਐ ਕੰਤ ਕੀ। ਭਾਵੇਂ ਉਹ ਪੇਕੇ ਘਰ ਵਿੱਚ ਬੱਚੀ ਹੈ, ਪਰ ਉਹ ਸਹੁਰਿਆਂ ਦੀ ਅਖਵਾਉਂਦੀ ਹੈ, ਉਹਨੂੰ ਅਮਾਨਤ ਆਖਿਆ ਜਾਂਦਾ ਹੈ। ਇਵੇਂ ਪਿਆਰ ਵਾਲਾ ਆਖਦਾ, ਭਾਵੇਂ ਸਤਿਗੁਰੂ ਮੈਂ ਸੰਸਾਰ ਰੂਪੀ ਪੇਕੇ ਘਰ ਵਿੱਚ ਰਹਿ ਰਿਹਾ, ਮੈਂ ਉਸ ਵਕਤ ਵੀ ਤੇਰਾ ਹਾਂ, ਅਤੇ ਜਦੋਂ ਇਹ ਪੇਕਾ ਘਰ ਛੱਡ ਮੈਂ ਸੱਚਖੰਡ ਘਰ ਵਿੱਚ ਚਲਾ ਗਿਆ, ਉੱਥੇ ਤਾਂ ਤੂੰ ਹੈਗਾ ਹੀ ਹੈਗਾ ਹੈ, ਉੱਥੇ ਤਾਂ ਤੇਰੇ ਨਾਲ ਮਿਲਾਪ ਹੈ ਹੀ ਹੈ, ਪਰ ਮੈਂ ਪੇਕੇ ਘਰ ਵਿੱਚ ਵੀ ਤੈਨੂੰ ਨਹੀਂ ਵਿਸਾ ਰਿਹਾ। ਅਤੇ ਮਹਾਰਾਜ ਨੇ ਆਖਿਆ, ਜਿਸ ਦਾ ਇੱਥੇ ਪਿਆਰ ਬਣਿਆ ਉਸ ਦਾ ਅੱਗੇ ਵੀ ਨਿਭੇਗਾ, ਜਿਸ ਦਾ ਇੱਥੇ ਨਹੀਂ ਬਣਿਆ ਉਹਦਾ ਅੱਗੇ ਕੀ ਨਿਭਣਾ ਹੈ। ਸਸੁਰੈ ਪਈਐ ਕੰਤ ਕੀ, ਕੰਤ ਅਗੰਮ ਅਥਾਹ। ਉਹ ਕੰਤ, ਉਹ ਮਾਲਕ, ਉਹ ਪਤੀ ਪਰਮਾਤਮਾ ਜਿਹੜਾ ਅਗੰਮ ਹੈ, ਮਨ ਦੀ ਪਹੁੰਚ ਤੋਂ ਪਰੇ ਹੈ, ਅਥਾਹ ਡਾਢਾ ਹੈ, ਇੰਨਾ ਵਿਸ਼ਾਲ ਹੈ। ਨਾਨਕ ਧਨ ਸੁਹਾਗਣੀ ਜੋ ਭਾਵਹਿ ਬੇਪਰਵਾਹ। ਗੁਰੂ ਨਾਨਕ ਮਹਾਰਾਜ ਆਖਣ ਲੱਗੇ, ਉਹ ਜੀਵ ਰੂਪ ਇਸਤਰੀ, ਵੇਖੋ ਇੱਥੇ ਧਨ ਜਿਹੜੀ ਹੈ ਨਾ, ਇੱਥੇ ਧੱਦੇ ਨੂੰ ਟਿੱਪੀ ਅਤੇ ਨੰਨੇ ਨੂੰ ਔਂਕੜ ਆ ਗਿਆ,
अर्थ बदल गया। इथे दे धन का अर्थ आ गया वह धनता दे योग है, नानक धन सुहागणी, क्योंकि शब्द नाल सुहागणी वरत दिता है कि वह सुहागणी धनता दे योग हो गई, पूजनीक हो गई, प्रवान हो गई। जो भाव है वेपरवाह, जिहड़ी वेपरवाह परमात्मा नूं पा गई, जिहड़ा किसे दी परवाह नहीं करदा वह प्यार वालियां दी परवाह जरूर करदा जी। वैसे वह बेपरवाह है, असीं रोईए, असीं कलपीए, असीं जो मर्जी करिए, उस मालक नूं कुछ फर्क नहीं पैंदा। पर जदों यह वेख्या गया है कि जिस वक्त कोई उन्हूं प्यार नाल याद करदा है ना, फिर उहदे अंदर एक तड़फना बन जाती है कि छेती तो छेती इहदा ते मेरा मिलाप हो जाए। ये पक्ष नूं सामने रख सतगुरां ने शब्द वरते ने। सोही राग दा एक पावन बचन है, जिस वक्त श्री गुरु ग्रंथ साहिब जी का पहला प्रकाश होया उस वक्त ये बोल हुक्म दे रूप विच पढ़िया गया। वो बोल सी कि संतां के कारज आप खलोया, हर काम करावण आया राम। हर एक काम नूं करन वास्ते वो आप आउंदा है। यही कारण है कि भगत सैन जी नहीं जा सके, पर कहिंदे सैन रूप हर आए कै, सैन रूप हर जाए कै। जा करके उस राणे ने उस राजे की सेवा की थी। सैन जा नहीं सकिया, रोजाना का निजम है। भाई गुरदास जी कहिंदे ने आए संत प्रहुणे, कीर्तन होवा रैन सुबाई, छड़ ना सकै साध जन, राज द्वार ना सेव कमाई। कहिंदे उहदे कोलो नहीं जाया गया, उत्थे कौन गया कि राजा इत्थों तक टुट जांदा है, अपने गल वाला जिहड़ा शाही हार है वह भी टुट के पाउंदा है। उत्थे वह मालिक आप ही आया है। कहन लगे वह तो सुहागणी धनता दे योग हो गई, जिहड़ी उसनू भा गई है, जिहड़ी उसनू चंगी लगी है। पौड़ी, तख्त राजा सोब है जे तख्त लायक होई। पहलियां वक्तां अंदर जदों किसी बंदे की चोण की जाती सी, वो इस लिहाज नाल कीती जांदी सी कि इहदे थले एक पिंड है, दो पिंड है, दस पिंड ने, इवें दा बंदा चुनीए कि हर किसी नाल न्याय कर सके, हर किसी दे भले दी गल कर सके। इस वास्ते जिन्हों स्थापित किया जांदा सी उसनू आखिया जांदा सी इह इलाके दा मालक है। राजा शब्द वरत्या गया, शाहूकार शब्द वरत्या गया, बादशाह शब्द वरत्या गया, सुल्तान शब्द वरत्या गया, वक् वक् इलाकियां तो शब्द आए हुए ने। यह चोण की गई, पर समा पा के इन्ना गंधला पण आ गया, वड्याई बंदे नूं बौंदा ला दिंदी है, घुमा दिंदी है, कुछ नहीं उन्हूं चेते रहण दिंदा। इवें दे लोक राजनीति विच आ गए जिन्हां दा किरदार ही कुछ नहीं। एक पिंड कोल है, दूजे वास्ते कोशिश है, तीजे वास्ते कोशिश है, एक देश है भी दूजा भी मेरा हो जाए, इन्नी तृष्णा वध गई, वो उलझ गए। महाराज ने गुरबाणी दे अंदर शब्द वरते ने इस पक्ष ते भी राजा किवें दा होवे। वैसे तो अज का जिहड़ा माहौल है उसनू भी प्रगट कर सतगुरु कहिंदे इलत का नाओ चौधरी। जिहड़ा बंदा बहुत इलती है ना, शैतान है भी इधर दी उधर, उधर दी इधर, वह कहिंदे इहनू पिंड का मालक बनाओ। बंदा बड़ा ठाणे बिठाने जांदा जी, क्योंकि इधरों भी लै लए तो उधरों भी लै लए, विच खड़ के फैसला दे दिता। इलत का नाओ चौधरी। दूजे पासे गुरु नानक महाराज जी के वक्त के जो हालात ने
ਉਹਨਾਂ ਨੂੰ ਬਿਆਨ ਕਰਦਿਆਂ ਹੋਇਆ ਮਹਾਰਾਜ ਨੇ ਆਖਿਆ, ਰਾਜੇ ਸ਼ੀ ਮੁਕੱਦਮ ਕੁੱਤੇ। ਰਾਜੇ ਤੇ ਸ਼ੇਰ ਬਣ ਗਏ ਨੇ ਵੀ ਕੌਣ ਹੈ ਸਾਡੇ ਤੋਂ ਤਾਕਤਵਰ, ਅਤੇ ਜਿਹੜੇ ਉਹਨਾਂ ਦੇ ਅਹਿਲਕਾਰ ਮੁਕੱਦਮ ਨੇ ਉਹ ਸ਼ਿਕਾਰੀ ਕੁੱਤਿਆਂ ਦਾ ਕੰਮ ਕਰ ਰਹੇ ਨੇ। ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਜਿਸ ਬੰਦੇ ਨੂੰ ਚਿੱਤ ਚੇਤਾ ਵੀ ਨਹੀਂ, ਉਹਦੇ ਘਰ ਦੀ ਜਾਂ ਡੋਰ ਖੜਕਾਉਂਦੇ ਨੇ ਤੁਹਾਡੇ 'ਤੇ ਫਲਾਨਾ ਕੇਸ ਬਣ ਗਿਆ, ਤੁਸੀਂ ਫਲਾਨੇ ਕੇਸ ਵਿੱਚ ਵਾਲਵ ਹੋ। ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ। ਜਿਵੇਂ ਇਹ ਜਾਨਵਰ ਆਪਣੀਆਂ ਨੌਂਦਰਾਂ ਦੇ ਨਾਲ ਬੰਦੇ ਨੂੰ ਤੋੜ ਤੋੜ ਖਾ ਜਾਂਦੇ ਨੇ, ਕਹਿੰਦੇ ਇਵੇਂ ਦਾ ਇਹਨਾਂ ਦਾ ਕਰਤੱਵ ਹੋ ਗਿਆ। ਬਹੁਤ ਵੱਡੇ ਜ਼ਖਮ ਦਿੱਤੇ ਸੰਸਾਰ ਨੂੰ। ਚਾਕਰ ਨਹਿੰਦਾ ਪਾਇਨ ਘਾਓ, ਰਤ ਪਿਤ ਕੁੱਤਿਓ ਚੱਟ ਜਾਓ। ਪਹਿਲਾਂ ਆਪ ਦਰਦ ਦਿੱਤਾ, ਘਾਓ ਦਿੱਤਾ, ਜੇ ਕੁਝ ਬਚ ਗਿਆ ਤੇ ਕਹਿੰਦੇ ਹੁਣ ਤੁਸੀਂ ਚੱਕ ਲਓ। ਇਹ ਵੀ ਪੱਖ ਪੇਸ਼ ਕੀਤਾ, ਪਰ ਸਤਿਗੁਰੂ ਆਖਦੇ ਨੇ, ਗੁਰੂ ਨਾਨਕ ਮਹਾਰਾਜ ਜੀ ਦਾ ਕਿ ਵੀ ਬੋਲ ਹੈ ਕਿ ਸੁਲਤਾਨ ਹੋਵਾ ਮੇਲ ਲਸ਼ਕਰ ਤਖਤ ਰਾਖਾਂ ਪਾਓ। ਮਾਲਕ ਮੈਂ ਸੁਲਤਾਨ ਬਣ ਜਾਵਾਂ, ਤਖਤ ਉੱਪਰ ਮੇਰਾ ਕਦਮ ਹੋਵੇ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ। ਹਰ ਤਰ੍ਹਾਂ ਦਾ ਹੁਕਮ ਮੇਰੇ ਕੋਲ ਹੈ, ਜਿਹੜਾ ਬੋਲ ਮੈਂ ਕਹਿ ਦੇਵਾਂ ਉਹ ਲਾਗੂ ਹੋ ਜਾਵੇ। ਖਿਆਲ ਦੇਣਾ, ਸੁਲਤਾਨ ਹੋਵਾ ਮੇਲ ਲਸ਼ਕਰ ਤਖਤ ਰਾਖਾ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ। ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾ। ਕਹਿੰਦੇ ਇਵੇਂ ਦੀ ਵਡਿਆਈ ਨਾ ਦਵੀਂ ਮਹਾਰਾਜ, ਇਵੇਂ ਦੇ ਤਖਤ ਨੂੰ ਵੇਖ, ਮੈਂ ਜੇ ਤੈਨੂੰ ਭੁੱਲ ਗਿਆ ਤੇ ਮੇਰੇ ਵਾਸਤੇ ਸਭ ਮਿੱਟੀ ਹੈ। ਕਿਰਪਾ ਕਰ ਕਿ ਰਾਜ ਹੁੰਦਿਆਂ ਹੋਇਆਂ, ਰਾਜ ਹੋਣਾ ਚੰਗੀ ਗੱਲ ਹੈ, ਰਾਜ ਵਾਸਤੇ ਸੰਘਰਸ਼ ਕੀਤਾ, ਅਸੀਂ ਵੀ ਕੀਤਾ, ਦੂਜੀਆਂ ਕੌਮਾਂ ਨੇ ਵੀ ਕੀਤਾ, ਅੱਜ ਵੀ ਆਪਾਂ ਦਰ ਦਰ ਭਟਕ ਰਹੇ ਹਾਂ ਕਿ ਰਾਜ ਮਿਲੇ। ਪਰ ਕੁਝ ਚੁਣਿੰਦਾ ਲੋਕ ਹੋਏ ਨੇ ਜਿਨ੍ਹਾਂ ਨੇ ਅਸਲ ਵਿੱਚ ਰਾਜ ਦੀ ਅਹਿਮੀਅਤ ਨੂੰ ਸੁਚੱਜੇ ਢੰਗ ਨਾਲ ਸਮਝਿਆ, ਅਤੇ ਸਭ ਤੋਂ ਜ਼ਿਆਦਾ ਲੰਬੇ ਸਮੇਂ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮੰਨਿਆ ਗਿਆ। ਗੁਰੂ ਸਾਹਿਬਾਨਾਂ ਤੋਂ ਬਾਅਦ ਜਿਹੜਾ ਦੌਰ ਚੱਲਦਾ ਹੈ ਨਾ, ਉਸ ਤੋਂ ਬਾਅਦ ਦਾ 40 ਸਾਲ ਕਰੀਬ ਕਰੀਬ ਉਹਨੇ ਰਾਜ ਕੀਤਾ। ਸਭ ਤੋਂ ਜ਼ਿਆਦਾ ਖੇਤਰਫਲ ਉਹਨੇ ਆਪਣੇ ਅਧੀਨ ਕੀਤਾ ਹੈ। ਮੈਂ ਉਹਦੇ ਜੀਵਨ ਵਿੱਚੋਂ 2 ਘਟਨਾ ਸਾਂਝੀਆਂ ਕਰਨ ਲੱਗਾ। ਸਭ ਸਾਹਮਣੇ ਸ਼ਬਦ ਆਇਆ ਹੈ, ਅਤੇ ਤਖਤ ਰਾਜਾ ਸੋਭ ਹੈ ਜੇ ਤਖਤ ਹੈ ਲਾਇਕ ਹੋਈ। ਵੈਸੇ ਤਾਂ ਮਹਾਰਾਜ ਕਹਿੰਦੇ ਤਖਤ ਉੱਪਰ ਉਹੀ ਬੰਦਾ ਬੈਠਣਾ ਚਾਹੀਦਾ ਜਿਹੜਾ ਤਖਤ ਦੇ ਲਾਇਕ ਹੈ। ਸੰਸਾਰ ਦਾ ਕੋਈ ਵੀ ਕੰਮ ਜਦੋਂ ਤੱਕ ਆਪਾਂ ਉਹਦੇ ਲਾਇਕ ਨਹੀਂ ਆ, ਉਦੋਂ ਤੱਕ ਉਹਨੂੰ ਚੰਗੇ ਢੰਗ ਨਾਲ ਨਹੀਂ ਕਰ ਪਾਵਾਂਗੇ। ਭਾਵੇਂ ਆਪਾਂ ਜੱਫਾ ਮਾਰਦੇ ਹਾਂ ਵੀ ਮੈਂ ਇਹ ਵੀ ਕਰਾਂਗਾ, ਮੈਂ ਉਹ ਵੀ ਕਰਾਂਗਾ, ਕੁਦਰਤੀ ਰੱਬ ਨੇ ਸਾਨੂੰ ਕਿਸੇ ਨਾ ਕਿਸੇ ਕੰਮ ਦੇ ਲਾਇਕ ਬਣਾਇਆ ਹੈ, ਸਾਨੂੰ ਯੋਗਤਾ ਦਿੱਤੀ ਹੈ। ਇੱਕ ਬੰਦਾ ਜੇ ਇੱਕ ਫੀਲਡ ਵਿੱਚ ਕਾਮਯਾਬ ਹੈ, ਜ਼ਰੂਰੀ ਨਹੀਂ ਕਿ ਉਹ ਦੂਜੇ ਫੀਲਡ ਵਿੱਚ ਵੀ ਕਾਮਯਾਬ ਹੋਵੇ। ਜਿਹੜਾ ਤਖਤ ਉੱਪਰ ਬੰਦਾ ਬੈਠਾ ਹੈ ਉਹ ਤਖਤ ਦੇ ਲਾਇਕ ਚਾਹੀਦਾ ਹੈ, ਉਹਦੇ ਵਿੱਚ ਉਹ ਗੁਣ ਚਾਹੀਦੇ ਨੇ। ਅਤੇ ਮਹਾਰਾਜਾ ਰਣਜੀਤ ਸਿੰਘ ਸ਼ਾਹੀ ਠਾਠ ਬਾਠ ਨਾਲ ਰਿਹਾ, ਉਹਨੇ ਰਾਜਿਆਂ ਦੇ ਜਿਹੜੇ ਸ਼ੌਂਕ ਨੇ ਉਹਨਾਂ ਨੂੰ ਵੀ ਪੁਗਾਇਆ, ਪਰ ਉਹਨੇ ਕੁਝ ਹੱਦ ਤੱਕ ਮਾਲਕ ਦੀ ਖੁਸ਼ੀ ਲਈ ਹੈ। ਜਿਸ ਵਕਤ ਉਹ ਤਖਤ ਉੱਪਰ ਬੈਠਾ ਨਾ, ਘੋੜੇ 'ਤੇ ਸਵਾਰ ਹੋ ਉਹ ਗੁਰਦੁਆਰਾ ਨਨਕਾਣਾ ਸਾਹਿਬ ਦਾ ਦੀਦਾਰ ਕਰਨ ਵਾਸਤੇ ਜਾਂਦਾ। ਸ਼ਾਮ ਦਾ ਵਕਤ ਹੋ ਰਿਹਾ ਸੀ, ਸੂਰਜ ਡੁੱਬ ਚੁੱਕਾ ਸੀ। ਜਿਸ ਵਕਤ ਉਹ ਦਰਬਾਰ ਦੇ ਅੰਦਰ ਗਿਆ, ਕੀ ਵੇਖਦਾ, ਛੋਟਾ ਜਿਹਾ ਦਰਬਾਰ ਹੈ ਅਤੇ ਉਸ ਵਿੱਚ ਕੋਈ ਦੀਵਾ ਨਹੀਂ ਜਗਦਾ, ਚਾਨਣ ਦਾ ਪ੍ਰਬੰਧ ਨਹੀਂ ਹੈ। ਉਸ ਵਕਤ ਦੇ ਪੁਜਾਰੀ ਨੂੰ ਕੋਲ ਬੁਲਾ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ, ਭਲਿਆ ਸ਼ਾਮ ਦਾ ਵਕਤ ਹੋ ਗਿਆ, ਹਨੇਰਾ ਹੋ ਗਿਆ,
ਤੇ ਮਾਲਕ ਦੇ ਦਰਬਾਰ ਵਿੱਚ ਕੋਈ ਦੀਵਾ ਬੱਤੀ ਨਹੀਂ ਜਗ ਰਿਹਾ, ਚਾਨਣ ਦਾ ਪ੍ਰਬੰਧ ਹੈ ਨਾ, ਸਮੇਂ ਨਾਲ ਬਦਲਦਾ ਹੈ। ਅੱਜ ਆਪਾਂ ਲਾਈਟ ਦਾ ਪ੍ਰਬੰਧ ਹੈ, ਅੱਜ ਲੋੜ ਨਹੀਂ ਹੈ ਸਾਨੂੰ, ਉਸ ਵਕਤ ਲੋੜ ਸੀ। ਕਹਿ ਲੱਗੇ ਦੀਵਾ ਨਹੀਂ ਜਗ ਰਿਹਾ। ਉਹਨੇ ਆਖਿਆ ਮਹਾਰਾਜਾ ਕੀ ਦੱਸਾਂ, ਜਦੋਂ ਲੋਕ ਕੋਈ ਮੱਥਾ ਟੇਕਣੇ ਆਉਂਦਾ ਹੈ ਨਾ, ਕੋਈ ਦਾਣੇ ਚੜ੍ਹਾਉਂਦਾ ਹੈ, ਕੋਈ ਆਟਾ ਚੜ੍ਹਾਉਂਦਾ, ਅਤੇ ਮੈਂ ਬਾਜ਼ਾਰ ਵਿੱਚ ਵੇਚ ਤੇਲ ਲਿਆਉਂਦਾ ਹਾਂ, ਅਤੇ ਇੰਨੇ ਬੰਦੇ ਹੀ ਨਹੀਂ ਆਏ, ਇੰਨੇ ਸਰੀਰ ਹੀ ਨਹੀਂ ਆਏ ਵੀ ਉਹ ਦਾਣੇ ਚੜ੍ਹਾਉਂਦਾ ਅਤੇ ਚੜ੍ਹਾਉਂਦੇ, ਅਤੇ ਮੈਂ ਹੱਟੀ ਵੇਚ ਕੇ ਅਤੇ ਤੇਲ ਲੈ ਆਉਣਾ। ਕੀ ਦੱਸਾਂ, ਤੇਲ ਜੋਗੇ ਦਾਣੇ ਹੀ ਨਹੀਂ ਆਏ। ਮਹਾਰਾਜਾ ਰਣਜੀਤ ਸਿੰਘ ਦੀਆਂ ਅੱਖੀਆਂ 'ਚ ਨੀਰ ਆ ਗਿਆ। ਕਹਿਣ ਲੱਗਾ ਤੁਹਾਨੂੰ ਮੇਰੇ ਆ ਮਾਲਕਾ, ਜਿਸ ਨਚੀਜ਼ ਨੂੰ ਗੁਰੂ ਨਾਨਕ ਦੀ ਕਿਰਪਾ ਸਦਕਾ ਇਹ ਰਾਜ ਭਾਗ ਮਿਲਿਆ ਹੈ, ਉਸ ਗੁਰੂ ਨਾਨਕ ਦੇ ਦਰ 'ਤੇ ਤੇਲ ਜਿੰਨੇ ਵੀ ਦਾਣੇ ਨਹੀਂ, ਤੇਲ ਜਿੰਨੀ ਵੀ ਮਾਇਆ ਨਹੀਂ। ਉਸੇ ਵਕਤ ਉਹਨੇ ਪੁਜਾਰੀ ਨੂੰ ਆਖਿਆ ਮੇਰੇ ਘੋੜੇ 'ਤੇ ਸਵਾਰ ਹੋ, ਜਿੱਥੋਂ ਤੱਕ ਤੂੰ ਘੋੜਾ ਲੈ ਜਾਵੇਂ ਉੱਥੋਂ ਤੱਕ ਦਾ ਇਲਾਕਾ ਮੈਂ ਇਸ ਅਸਥਾਨ ਦੇ ਨਾਲ ਲਵਾਵਾਂਗਾ। ਇਹ ਉਹਦੀ ਕਰਨੀ ਨੂੰ ਸਲਾਮ ਹੈ। ਭਾਵੇਂ ਰਾਏ ਬੁਲਾਰ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਦੇ ਨਾਮ ਦੇ ਨਾਲ ਬਹੁਤ ਜ਼ਿਆਦਾ ਜਾਇਦਾਦ ਲਵਾ ਗਏ ਸਨ, ਪਰ ਸਤਿਗੁਰਾਂ ਨੇ ਦਾਅਵਾ ਨਹੀਂ ਕੀਤਾ, ਨਾ ਪਰਿਵਾਰ ਨੇ ਕੀਤਾ, ਇਸ ਵਾਸਤੇ ਲੋਕਾਂ ਨੇ ਮੱਲੀ ਹੋਈ ਸੀ। ਉਸ ਵਕਤ ਉਹ ਪੁਜਾਰੀ ਫਿਰ ਘੋੜਾ ਲੈ ਕੇ ਵਿਚਰਿਆ, ਜਿੱਥੋਂ ਤੱਕ ਉਹ ਘੋੜਾ ਲੈ ਕੇ ਗਿਆ, ਉਹ ਸਾਰੀ ਦੀ ਸਾਰੀ ਜਾਇਦਾਦ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਨਾਮ ਨਾਲ ਲਵਾਈ। ਇੱਥੋਂ ਤੱਕ ਬਸ ਨਹੀਂ, ਜਿਸ ਦਰਬਾਰ ਦਾ ਆਪਾਂ ਅੱਜ ਵੀ ਦੀਦਾਰ ਕਰਦੇ ਹਾਂ, ਗੁਰਦੁਆਰਾ ਨਨਕਾਣਾ ਸਾਹਿਬ ਵਾਲਾ ਜਿਹੜਾ ਸ਼ਾਹੀ ਦਰਬਾਰ ਹੈ, ਉਸ ਦਰਬਾਰ ਦੀ ਸੇਵਾ ਵੀ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ। ਜਿਸ ਅਸਥਾਨ ਬਾਬਤ ਪੰਜਵੇਂ ਪਾਤਸ਼ਾਹ ਨੇ ਆਖਿਆ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਇੰਨਾ ਪ੍ਰਸੰਨ ਹੋ ਗਿਆ, ਕਹਿਣ ਲੱਗਾ ਇਹ ਜਿਹੜਾ ਅਸਥਾਨ ਹੈ ਸੋਨੇ ਵਿੱਚ ਮੜਨਾ ਚਾਹੀਦਾ, ਕਿਉਂਕਿ ਸੋਨਾ ਸੁੰਦਰਤਾ ਦਾ ਪ੍ਰਤੀਕ ਹੈ। ਦਰਬਾਰ ਸਾਹਿਬ ਸੋਨੇ ਵਿੱਚ ਮੜਿਆ ਗਿਆ, ਉਸ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ। ਹੈਦਰਾਬਾਦ ਰਿਆਸਤ ਦੇ ਅਧੀਨ ਸੀ ਨਾਂਦੇੜ ਦਾ ਇਲਾਕਾ। ਉਸ ਮਾਲਕ ਦੇ ਨਾਲ, ਉਸ ਰਾਜੇ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਬੜਾ ਨੇਹੋ ਪਿਆਰ ਸੀ। ਉੱਥੇ ਗਿਆ, ਪਤਾ ਲੱਗਾ, ਪਤਾ ਤਾਂ ਸੀ ਵੀ ਦਸਵੇਂ ਪਾਤਸ਼ਾਹ ਨੇ ਅਖੀਰਲਾ ਵਕਤ ਆਪਣਾ ਇੱਥੇ ਬਤੀਤ ਕੀਤਾ, ਅਤੇ ਇੱਥੇ ਸਰੀਰ ਛੱਡ ਸੱਚਖੰਡ ਪਿਆਨਾ ਕਰ ਗਏ ਨੇ। ਉੱਥੇ ਥੋੜ੍ਹੀ ਜਿਹੀ ਜਗ੍ਹਾ 'ਤੇ ਬਣੀ ਹੋਈ ਸੀ ਜਿੱਥੇ ਮਹਾਰਾਜ ਜੀ ਦੇ ਸਰੀਰ ਦਾ ਅੰਤਮ ਸੰਸਕਾਰ ਕੀਤਾ ਗਿਆ, ਪਰ ਅੱਗੇ ਨਹੀਂ ਸੀ ਕੋਈ ਵਧਾ ਰਿਹਾ। ਹਰ ਕਿਸੇ ਦੇ ਅੰਦਰ ਇੱਕ ਅਫਵਾਹ ਨੇ ਜਨਮ ਲਿਆ ਸੀ ਕਿ ਗੁਰੂ ਗੋਬਿੰਦ ਸਿੰਘ ਕਹਿ ਗਏ ਨੇ ਜਿਹੜਾ ਸਾਡਾ ਸਿਵਾ ਫੁੱਲੇਗਾ, ਜਿਹੜਾ ਸਾਡੇ ਸਿਵੇ ਦੇ ਉੱਪਰ ਯਾਦਗਾਰ ਸਥਾਪਿਤ ਕਰੇਗਾ ਉਹਦਾ ਰਹਿਣਾ ਕੱਖ ਨਹੀਂ। ਇਹ ਮਨੌਤ ਚੱਲ ਰਹੀ ਸੀ, ਅਤੇ ਜਿਹੜੀਆਂ ਦੰਦ ਕਥਾਵਾਂ ਨੇ ਉਹ ਸਾਡਾ ਸਾਥ ਨਹੀਂ ਛੱਡਦੀਆਂ, ਅੱਜ ਵੀ ਨਹੀਂ ਛੱਡਿਆ। ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ, ਉਹਨੇ ਹੈਦਰਾਬਾਦ ਰਿਆਸਤ ਨਾਲ ਗੱਲ ਕੀਤੀ ਵੀ ਮੈਨੂੰ ਜਗ੍ਹਾ ਚਾਹੀਦੀ ਹੈ, ਮੈਂ ਆਪਣੇ ਮਾਲਕ ਦਾ ਅਸਥਾਨ ਬਣਾਉਣਾ। ਉਹਨਾਂ ਨੇ ਆਗਿਆ ਦਿੱਤੀ, ਅਤੇ ਜਦੋਂ ਆਰੰਭ ਕਰਨ ਲੱਗੇ ਲੋਕਾਂ ਨੇ ਆਖਿਆ ਐਵੇਂ ਨਾ ਕਰੀ, ਤੇਰਾ ਰਹਿਣਾ ਕੱਖ ਨਹੀਂ। ਉਹਨੇ ਆਖਿਆ ਲੱਖ ਲਾਹਨਤ ਹੈ ਤੁਹਾਡੀ ਸਿੱਖ ਹੋਣ 'ਤੇ, ਉਹ ਗੁਰੂ ਗੋਬਿੰਦ ਸਿੰਘ ਜਿਹਨੇ ਆਪਣਾ ਸਾਡੇ ਵਾਸਤੇ ਸਰਬੰਸ ਵਾਰ ਦਿੱਤਾ ਹੈ, ਅਤੇ ਅਸੀਂ ਉਹਦੀ ਯਾਦਗਾਰ ਵੀ ਨਾ ਬਣਾਈਏ। ਮੇਰਾ ਭਾਵੇਂ ਕੱਖ ਨਾ ਰਹੇ, ਪਰ ਮੈਂ ਗੁਰੂ ਗੋਬਿੰਦ ਸਿੰਘ ਦੀ ਯਾਦਗਾਰ ਨੂੰ ਸੰਸਾਰ ਵਿੱਚ ਜ਼ਰੂਰ ਪ੍ਰਗਟ ਕਰਾਂਗਾ। ਉਸ ਦਰਬਾਰ ਦਾ ਆਪਾਂ ਅੱਜ ਵੀ ਦੀਦਾਰ ਕਰਦੇ ਹਾਂ, ਉਸ ਦੀ ਸੇਵਾ ਵੀ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ। ਹਰ ਇੱਕ ਰਾਜੇ ਦਾ ਆਪਣਾ ਸ਼ਾਹੀ ਹੁਕਮ ਹੁੰਦਾ ਹੈ, ਇੱਕ ਸ਼ਾਹੀ ਮੋਹਰ ਹੁੰਦੀ ਹੈ, ਇੱਕ ਸ਼ਾਹੀ ਸਿੱਕਾ ਹੁੰਦਾ ਹੈ, ਅਤੇ ਮਹਾਰਾਜਾ ਰਣਜੀਤ ਸਿੰਘ ਨਾ ਜਿਸ ਵਕਤ ਸਥਾਪਿਤ ਹੋਇਆ ਅਤੇ ਉਹਨੇ ਸਿੱਕਾ ਚਲਾਇਆ, ਸਿੱਕੇ ਦੇ ਇੱਕ ਪਾਸੇ ਗੁਰੂ ਨਾਨਕ ਮਹਾਰਾਜ, ਭਾਈ ਮਰਦਾਨਾ ਅਤੇ ਭਾਈ ਬਾਲੇ ਦੀ ਫੋਟੋ ਹੈ, ਅਤੇ ਸਿੱਕੇ ਦੇ ਦੂਸਰੇ ਪਾਸੇ ਲਿਖਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ
नुसरत बेद रंग याफत आज नानक गुरु गोबिंद सिंह भी जे आज मैं राज भाग का जो मालक बने है ना ये गुरु नानक ते गुरु गोबिंद सिंह की कृपा है ते जिन्हां दी कृपा नाल मैनू राज मिले है सिक्का भी उन्हां दा ही चाहीदा है नाम भी उन्हां दा ही चाहीदा है ते जिहड़ी मोर शाही मोर सी ना महाराजा रणजीत सिंह दी दरबार दी उस उपर लिखिया सी श्री अकाल जी सहाय ये बोल सन। एक बार महाराजा रणजीत सिंह नू पता लगा भी जिहड़ी कलगी दसवें पातशाह भाई संगत सिंह दे सजा चमकौर दी गढ़ी विचों निकल गए वो कलगी किसी परिवार कोल है इस गल बाबत पता लगा। उन्होंने भाल कीती ते उस वक्त भाई संगत सिंह जी का पड़पोत्र है भाई भारा सिंह उहदे नाल गलबात हुई उन्हें आखिया हाँ वो कलगी साढ़े कोल है क्योंकि भाई संगत सिंह का सिर दिल्ली लै गए सन साढ़े बजुर्गों ने पहुँच की थी भी सानू साढ़े बजुर्ग का शरीर तो दिता जाए तुसी तो भुलेखे विच कतल किया भी गुरु गोबिंद सिंह नू मार लिया ये तो साढ़े बजुर्ग ने साढ़े घर दे ने नुमाइंदा ने उन्होंने यतन करके ना वो शरीर वो जिहड़ी कलगी सी वो लै लई परिवार कोल सी ते जदों महाराजा रणजीत सिंह ने मंगी ना आख्या जिन्नी भी तुसी माया मंगो धन मंगो मैं देण लई तैयार मैनू एक कलगी देवो। उन्होंने आख्या माया की कोई गल नहीं वो कलगी लैके आए कहिंदे उस वक्त महाराजा रणजीत सिंह दे खजाने विच 1,25,000 रुपया सी उस दिन वो कलगी लैके आए ने उस कलगी नू समर्पित हो 1,25,000 उस शरीर के कदमां ते रख दिता भी ये कलगी का मुल नहीं है ये दसवें पातशाह की कलगी की भेटा है। उन्हें कलगी वो अपने सिर ते नहीं सजाई जिस जगह उपर गुरु ग्रंथ साहिब जी का प्रकाश सी ना उस जगह उपर वो कलगी रखता सी ते सवेरे उठ उस कलगी नू भी नमस्कार करता सी जिवें गोरे कोहे नूर हीरा लै गए तिवें वो कलगी भी लै गए उन्हां कोल अज भी है जद्दोजहद चल रही है। तुहाडे विचों शायद किसी ने लंडन का म्यूजियम वेख्या होवे इंग्लैंड जावो ना इंग्लैंड म्यूजियम बड़े ने मैनू जाण दा काफ़ी बार मौका मिलिया पर मैं इस गल तो बड़ा पीड़ित होया भी जिस भी म्यूजियम में जाने वो तो माण नाल दसदे ने भी आ वस्तु फलानी है वस्तु सानू दुख यह हुंदा है भी उन्हां म्यूजियम विच अद्धे तो वध जिहड़ियां वस्तुआं ने वो साढ़े नाल संबंधित ने किते किसी महाराजे की कृपान पई है किते कोई शस्त्र पिया है किते कोई तोप पई है तो उत्थे लिखिया होया है कि ये असीं भारत तो लैके आए हैं ये असीं इंडिया तो लैके आए। लोग बड़े चा नाल वेखदे ने पुरातनता है पर सच्ची गल मैनू बड़ा दुख होया भी इन्हां लोकां ने सानू लुटिया रज के लुटिया साडा सभ्याचार विरसा सब कुछ लै गए तो अज असी टिकट खर्च के ते अपनियां चीज़ां वेख रहे हैं किन्ना दुखांत है दुख हुंदा है उदों। तो लंडन म्यूजियम विच महाराजा रणजीत सिंह दी कुर्सी पई है उन्हें तख्त नहीं सी बनाया उन्हें आख्या तख्त उपर जे कोई बैठ सकता है तो वह मेरा सतगुरु ही है मैं तो उस दर का सेवादार हाँ मेरे वास्ते कुर्सी बनाई जाए मैं तख्त उपर नहीं बैठागा। वो कुर्सी भी अज वेखी जाती है मेरे कहण तो भाव भी आप उसनू चेते कीता है महाराज जी की हजूरी विच जीवन विच संपूर्णता होनी बहुत ही सौखी गल नहीं है मालक किते मेहरामत करे पर जिस विच कोई गुण है जो किसी ने चज दा कर्म कीता है उस गल नू प्रचारिया जाना चाहिए।
जिस वक्त खालसे ने दिल्ली फतेह की ना उस वक्त बाबा बघेल सिंह ने ऐलान कर दिता, क्योंकि जथेदार सरदार जस्सा सिंह आलूवालिया ने उन्होंने ऐलान कर दिता भी इस तख्त उपर जिहड़ा दिल्ली का तख्त खालसे नूं मिलिया इस उपर मैं ऐलान करदा हाँ कि सरदार जस्सा सिंह स्थापित होवेगा। जदों सरदार जस्सा सिंह बैठन लगा ना तो सरदार जस्सा सिंह रामगढ़िए ने रौला पाया, कह लगा है किवें हो सकता है इकला किवें बैठ सकता है, इत्थे खालसे दा राज होया पंज सिंघां नूं बिठाओ, इवें दा ख्याल दिता। कहिंदे जस्सा सिंह आलूवालिया उस वेले थले उतर आया, कहन लगा जिहड़ी चीज़ मेरे पंथ नूं नहीं भा रही मेरी कौम नूं नहीं भा रही उस चीज़ उपर मैं स्थापित ही नहीं होना। दिल्ली फतेह हो चुकी है पर जस्सा सिंह आलूवालिया अपने सिखां नूं नाल लै वापस पंजाब आया, सरदार बघेल सिंह भी छड के वापस आ गया, तो वह जिहड़ा तख्त सी ना जिस सिल उपर बैठिया जांदा सी लाल किले दी सिल, फिर गुस्से विच सरदार जस्सा सिंह रामगढ़िया भी चुक के लै आया। वह सिल अज भी तुसी रामगढ़िए बुंगे विच वेख सकदे हो, लंगर वाली बाई जिहड़ा बुंगा है ना उत्थे उह सिल लगी हुई है। मेरे कहण तों भाव भी उस व्यक्ति का त्याग वेखो, नहीं तो अगला आखदा इन्हें ऐलान कर दिता असीं अज कोशिश करदे आ, तुसी ता तुसी राजनीतिक आगूआं दी गल छड्डो, धार्मिक व्यक्ति जिहड़े ने ना वह भी इस ताक विच बैठे हुंदे ने भी कदों ये मुखी चढ़ाई करे ते इहदी जगह उपर मैं स्थापित होवां। जिम्मेवारियां नूं लै करके बहुत ऐसे अस्थान ने जिन्हां दे केस कोर्ट विच चल रहे ने, हालांकि मैं राजनीतिक पक्ष नूं रखिया, धार्मिक आगू भी इस विच पिछे नहीं, पर वह साडी कौम दे सूरमे कह लो सरदार कह लो बादशाह कह लो जिन्हां ने अपने जीवन दे विच इवें दा त्याग रखिया। हालांकि जस्सा सिंह वो शख्सियत है जिस वक्त वड्डा घल्लूघारा वापरदा है ते सरदार चढ़त सिंह ने आख्या जस्सा सिंह निकल चल, तू निकल जावेगा ना कौम दा आगू है ते कौम नूं स्थापित कर लवेंगा कौम नूं इकत्र कर लवेंगा, मैं इन्हां दा टाकरा करदा। ते सरदार जस्सा सिंह ने आख्या बड़ी चंगी सलाह दे रहे हैं, जे मैं जंग दे मैदान विचों निकल गया ना सारी उम्र वास्ते मेरे शरीर ते धब्बा लग जाणा। वेखो जिस नूं कौम दा जरनैल आखदे सन वह जंग दे मैदान विचों पिट दे के निकल गया, मैं नहीं जावांगा इत्थे ही लड़ांगा भावें शरीर रवे भावें ना रवे। उस जंग विच सरदार चढ़त सिंह दे शरीर उपर 19 फट ने वड्डे जख्म, सरदार जस्सा सिंह दी शरीर उपर 22 फट ने, ते शाम दा वक्त होया सूरज डुब रहा है, जंग समाप्त हो चुकी हो, वैसे सारिआं नूं मुका के अगले तुरदे बने ने। जस्सा सिंह उठिया कहिंदे रहिराज साहिब दा पाठ कीता, कौम दा आगू तख्त राजा सोभ है जे तख्त है लायक होई, रहिराज साहिब दा पाठ कीता गल विच पल्ला पा अरदास कीती, ते जिहड़ी अरदास कीती उहदे बोल पंथ प्रकाश ने लिखे ने। कहिंदे उस वक्त महाराज ने आखिया वाहिगुरू जस्सा सिंह आलूवालिए ने शब्द वरते, महाराज पंथ जो रहा तो तेरा ग्रंथ भी रहे गो नाथ, पंथ ना रहा तो तेरा ग्रंथ कौन मानेगो। हे मालिक बौड़ी कर, जे गुरु ग्रंथ साहिब जी की चढ़ती कला तुसीं वेखना चाहते हो जुगो जुग अटल इस गल नूं प्रगट रूप विच वेखना चाहते हो तो पंथ की चढ़ती कला करो, क्योंकि पंथ ते ग्रंथ का सुमेल है। जे आपां थां पर थां गुरु ग्रंथ साहिब जी का प्रकाश किया है तो जे गुरु ग्रंथ साहिब जी नूं मनण वाला ही नहीं कोई होवेगा तो तुसीं वेखो भी अहमियत विच फर्क पवेगा। तो उस दी अरदास कबूल होई। फरवरी दे विच घटना वापरदी है ते सितंबर दे विच उन्होंने सरहद नूं फतेह कर दिता सी। उस साल
ਲਾਹੌਰ ਉੱਪਰ ਹੱਲਾ ਬੋਲ। ਨਵੰਬਰ ਮਹੀਨੇ ਵਿੱਚ ਦੀਵਾਲੀ ਸਾਰਾ ਖਾਲਸਾ ਸ੍ਰੀ ਦਰਬਾਰ ਸਾਹਿਬ ਵਿਖੇ ਮਨਾਉਂਦਾ ਹੈ, ਕਿਉਂਕਿ ਉਹਨਾਂ ਦਾ ਕਰਤੱਵ ਹੈ। ਮਾਲਕ ਕਿਰਪਾ ਕਰੇ ਇਵੇਂ ਦਾ ਰਾਜਾ ਕੌਮ ਨੂੰ ਨਸੀਬ ਹੋਵੇ। ਜਿੰਨੀ ਸੱਚ ਪਛਾਣਿਆ ਸੱਚ ਰਾਜੇ ਸੇਈ, ਉਹ ਰਾਜੇ ਨੇ ਜਿਨ੍ਹਾਂ ਨੇ ਇਹ ਸਮਝ ਲਿਆ ਕਿ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਕਹਿਣ ਲੱਗੇ ਜਿਨ੍ਹਾਂ ਨੇ ਇਹ ਸਮਝ ਲਿਆ ਸੀ ਤਾਂ ਝੂਠੇ ਰਾਜੇ, ਸੱਚਾ ਰਾਜਾ ਤਾਂ ਉਹ ਹੈ ਜਿਹੜਾ ਪਹਿਲਾਂ ਵੀ ਸੱਚ ਸੀ, ਅੱਜ ਵੀ ਸੱਚ ਹੈ ਅਤੇ ਕੱਲ੍ਹ ਨੂੰ ਵੀ ਸੱਚ ਹੋਵੇਗਾ। ਇਹ ਭੂਪਤ ਰਾਜੇ ਨਾ ਆਖੀ ਅਹੇ ਦੂਜੇ ਭਾਏ ਦੁੱਖ ਹੋਈ। ਮਹਾਰਾਜ ਕਹਿੰਦੇ ਇਹਨਾਂ ਨੂੰ ਰਾਜੇ ਨਾ ਆਖੋ ਜਿਹੜੇ ਦਵੈਤ ਵਿੱਚ ਨੇ, ਭੁਲੇਖੇ ਵਿੱਚ ਨੇ, ਜੋ ਕੋਲ ਹੈ ਉਹਨੂੰ ਮਾਣ ਨਹੀਂ ਰਹੇ, ਜੋ ਕੋਲ ਨਹੀਂ ਹੈ ਉਹਦੇ ਵਾਸਤੇ ਝਗੜੇ ਕਰ ਰਹੇ ਨੇ, ਉਹਦੇ ਵਾਸਤੇ ਕਲੇਸ਼ ਕਰ ਰਹੇ ਨੇ, ਇਹ ਰਾਜੇ ਨਹੀਂ। ਕੀਤਾ ਕਿਆ ਸਾਲਾ ਹੀ ਹੈ ਜਿਸ ਜਾਂਦੇ ਬਿਲ ਮਨਾ ਹੋਈ। ਅਤੇ ਆਪਣੇ ਰਾਜ ਭਾਗ ਦੀ ਸਲੋਤਾ ਕਰੀ ਜਾਣੀ, ਆਪਣੇ ਪਦਾਰਥ ਦੀ ਵਡਿਆਈ ਕਰੀ ਜਾਣੀ। ਅਤੇ ਮਹਾਰਾਜ ਕਹਿਣ ਲੱਗੇ ਪਦਾਰਥ ਦੀ ਕੀ ਵਡਿਆਈ ਕਰਨੀ ਹੈ, ਭਲਿਆ ਪਤਾ ਨਹੀਂ ਅੱਜ ਤੇਰੇ ਕੋਲ ਹੈ ਕੱਲ੍ਹ ਕਿਸੇ ਹੋਰ ਕੋਲ ਹੋਵੇਗਾ। ਕੀਤਾ ਕਿਆ ਸਾਲਾ ਹੀ ਹੈ ਜਿਸ ਜਾਂਦੇ ਬਿਲ ਮਨਾ ਹੋਏ, ਜਿਸ ਨੂੰ ਦੇਰੀ ਨਹੀਂ ਲੱਗਣੀ। ਮਹਾਰਾਜ ਆਖਦੇ ਪਦਾਰਥ ਦੀ ਸਲੋਤਾ ਨਾ ਕਰ, ਪਦਾਰਥ ਦੇ ਦਾਤੇ ਦੀ ਸਲੋਤਾ ਕਰ। ਨਿਹਚਲ ਸੱਚਾ ਏਕ ਹੈ ਗੁਰਮੁਖ ਬੂਝੈ ਸੋ ਨਿਹਚਲ ਹੋਈ। ਰਾਜਾ ਤੇ ਇੱਕੋ ਇੱਕ ਹੈ ਜਿਹੜਾ ਸਦਾ ਸੱਚ ਹੈ, ਉਹਦਾ ਰਾਜ ਨਿਹਚਲ ਹੈ। ਉਹ ਕਿਸੇ ਕੋਲੋਂ ਵੋਟ ਲੈਣ ਨਹੀਂ ਜਾਂਦਾ, ਉਹ ਕਿਸੇ ਨੂੰ ਦਬਾਉਣ ਵੀ ਨਹੀਂ ਜਾਂਦਾ, ਉਹਦਾ ਰਾਜ ਨਿਹਚਲ ਹੈ। ਗੁਰਮੁਖ ਬੂਝੈ, ਅਤੇ ਜਿਸ ਨੇ ਗੁਰਮੁਖ ਬਣ ਬੁੱਝਿਆ, ਗੁਰਮੁਖ ਬਣ ਜਾਣਿਆ ਸੋ ਨਿਹਚਲ ਹੋਈ, ਉਹ ਵੀ ਰਿਹਚਲ ਹੋ ਗਏ, ਉਹ ਵੀ ਟਿਕਾਓ ਵਿੱਚ ਚਲੇ ਗਏ। ਉਹਨਾਂ ਦਾ ਵੀ ਰਾਜ ਹੈ। ਅੱਜ ਭਗਤ ਕਬੀਰ ਜੀ ਰਾਜੇ ਰੂਪ ਵਿੱਚ ਸਥਾਪਿਤ ਨੇ। ਅੱਜ ਰਾਏ ਬਲਵੰਡ ਜੀ ਦੀ ਬਾਣੀ ਦਰਜ ਹੈ, ਉਹ ਰਾਜੇ ਰੂਪ ਵਿੱਚ ਸਥਾਪਿਤ ਨੇ। ਭਗਤ ਰਵਿਦਾਸ ਜੀ ਦਾ ਅੱਜ ਵੀ ਰਾਜ ਹੈ, ਕਿਉਂ? ਉਹਨਾਂ ਨੇ ਉਸ ਗੁਰਮੁਖ ਨੂੰ, ਗੁਰਮੁਖ ਬਣ ਉਸ ਪਰਮਾਤਮਾ ਨੂੰ ਮਨਾਇਆ, ਜਿਹੜਾ ਪਰਮਾਤਮਾ ਆਪ ਨਿਹਚਲ ਹੈ। ਉਹ ਆਪਣੇ ਪਿਆਰ ਵਾਲੇ ਨੂੰ ਵੀ ਨਿਹਚਲਤਾ ਟਿਕਾਓ ਬਖਸ਼ਦਾ ਹੈ। ਇਹ ਪਾਵਨ ਬੋਲ ਅੱਜ ਆਪਾਂ ਜੋ ਸਤਿਗੁਰਾਂ ਦਾ ਬਚਨ ਵਿਚਾਰ ਅਧੀਨ ਸੀ ਉਸ ਦੇ ਮੱਦੇਨਜ਼ਰ ਵਿਚਾਰੇ ਨੇ। ਵਿਚਾਰ ਕਰਦਿਆਂ ਭੁੱਲਾਂ ਹੋ ਜਾਣੀਆਂ ਸੁਭਾਵਕ ਨੇ। ਗੁਰੂ ਕਿਰਪਾ ਕਰੇ ਕਿ ਗਾਵਿਆ ਸੁਣਿਆ ਉਸ ਮਾਲਕ ਦੇ ਦਰ 'ਤੇ ਪ੍ਰਵਾਨ ਹੋਵੇ। ਦੋ ਪੰਗਤੀਆਂ ਪੜ ਸਮਾਪਤੀ ਹੈ ਜੀ। ਕੀਤਾ ਕਿਆ ਸਾਲਾ ਹੀ ਹੈ ਜਿਸ ਜਾਂਦੇ ਬਿਲ ਮਨਾ ਹੋਈ। ਨਿਹਚਲ ਸੱਚਾ ਏਕ ਹੈ ਗੁਰਮੁਖ ਬੂਝੈ ਸੋ ਨਿਹਚਲ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।